ਕਿ ਤੁਸੀਂ ਵੀ ਖਾਂਦੇ ਹੋ ਪੇਨਕিলার মালਟੀਵਿਟਾਮਿਨ ਤੇ ਐਂਟੀਬਾਇਓਟਿਕਸ ਦਵਾਈਆਂ ਤਾਂ ਇੱਕ ਖਬਰ ਖਾਸ ਤੁਹਾਡੇ ਲਈ ਹੈ ਕਿਉਂਕਿ ਭਾਰਤ ਸਰਕਾਰ ਨੇ ਵੀਰਵਾਰ ਨੂੰ ਫਾਰਮਾਸਿਊਟੀਕਲ ਕੰਪਨੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਤਾਂ ਝਟਕਾ ਦਿੰਦਿਆਂ ਸਰਕਾਰ ਨੇ 156 ਦਵਾਈਆਂ ਦੇ ਫਿਕਸ ਡੋਸ ਕੰਬੀਨੇਸ਼ਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਦਵਾਈਆਂ ਦੇ ਵਿੱਚ ਐਂਟੀਬਾਇਓਟਿਕਸ ਦਰਦ ਨਿਵਾਰਕ ਤੇ ਮਲਟੀਵਿਟਾਮਿਨ ਸ਼ਾਮਿਲ ਨੇ ਤਾਂ ਹੁਣ ਗੱਲ ਕਰਦੇ ਹਾਂ ਕਿ ਸਰਕਾਰ ਨੇ ਇਹ ਫੈਸਲਾ ਕਿਉਂ ਲਿਆ ਸਰਕਾਰ ਨੇ ਫੈਸਲਾ ਇਸਦੇ ਲਈ ਲਿਆ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਦਵਾਈਆਂ ਸਿਹਤ ਲਈ ਖਤਰਨਾਕ ᱛੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਹਨਾਂ ਦਵਾਈਆਂ ਦੇ ਉਤਪਾਦਨ ਵਿਕਰੀ ਤੇ ਵੰਡ ਤੇ ਪਾਬੰਦੀ ਲਗਾਉਣ ਦੇ ਲਈ ਇੱਕ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਮਾਹਿਰਾਂ ਦੇ ਮੁਤਾਬਕ ਫਿਕਸਡ ਡੋਸ ਕੰਬੀਨੇਸ਼ਨ ਉਹ ਦਵਾਈਆਂ ਨੇ ਜੋ ਇੱਕ ਗੋਲੀ ਦੇ ਵਿੱਚ ਇੱਕ ਤੋਂ ਵੱਧ ਦਵਾਈਆਂ ਨੂੰ ਜੋੜਦੀਆਂ ਨੇ ਤਾਂ ਇਹਨਾਂ ਨੂੰ ਕੋਕਟੇਲ ਦਵਾਈਆਂ ਵੀ ਕਿਹਾ ਜਾਂਦਾ ਹੈ ਵੈਸੇ ਤਾਂ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੇ ਅਜੇ ਤੱਕ ਪਾਬੰਦੀ ਦੇ ਆਰਥਿਕ ਪ੍ਰਭਾਵ ਦਾ ਕੋਈ ਐਲਾਨ ਨਹੀਂ ਕੀਤਾ ਏ ਪਰ ਇੱਕ ਰਿਪੋਰਟ ਦੇ ਅਨਸਾਰੇ ਕਈ ਮਸ਼ਹੂਰ ਫਾਰਮਾ ਕੰਪਨੀਆਂ ਦੇ ਕੁਝ ਉਤਪਾਦ ਇਸ ਪਾਬੰਦੀ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦਵਾਈਆਂ ਤੇ ਪਾਬੰਦੀ ਲਗਾਈ ਗਈ ਹੈ ਇਹਨਾਂ ਦੇ ਵਿੱਚ ਐਂਟੀਬਾਇਓਟਿਕ ਐਲਰਜੀ ਦੀਆਂ ਦਵਾਈਆਂ ਦਰਦਨਿਵਾਰਕ মালਟੀਵਿਟਾਮਿਨ ਬੁਖਾਰ ਤੇ ਹਾਈ ਬਲੱਡ ਪ੍ਰੈਸ਼ਰ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਿਲ ਨੇ ਇਹ ਫੈਸਲਾ ਡਰਗ ਟੈਕਨੀਕਲ ਐਡਵਾਈਜ਼ਰੀ ਬੋਰਡ ਅਤੇ ਕੇਂਦਰ ਸਰਕਾਰ ਵੱਲੋਂ ਗਠਿਤ ਮਾਹਰ ਕਮੇਟੀਆਂ ਦੀਆਂ ਸਪਸ਼ਟਾਂ ਤੋਂ ਬਾਅਦ ਲਿਆ ਗਿਆ ਹੈ। ਕੁਝ ਖਾਸ ਦਵਾਈਆਂ ਨੂੰ ਵੀ FDC ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਇਹਨਾਂ ਦੇ ਵਿੱਚ ਮੈਫੇਨਾਮਿਕ ਐਸਿਡ ਅਤੇ ਪੈਰਾਸੀਟਾਮੋਲ ਇੰਜੈਕਸ਼ਨ ਦਾ ਮਿਸ਼ਰਣ ਵੀ ਸ਼ਾਮਿਲ ਹੈ। ਇਹ ਦਰਦ ਅਤੇ ਸੋਚ ਨੂੰ ਘਟਾਉਣ ਦੇ ਲਈ ਵਰਤਿਆ ਜਾਂਦਾ ਹੈ ਤਾਂ ਇਸ ਤੋਂ ਇਲਾਵਾ ਓਮੀਓਪ੍ਰੋਜ਼ੋਲ, ਮੈਗਨੀਸ਼ੀਅਮ ਅਤੇ ਡਾਈਕਲੋਮਾਈਨ HCl ਦਾ ਸੁਮੇਲ ਵੀ ਇਸ ਦੇ ਵਿੱਚ ਸ਼ਾਮਿਲ ਹੈ। ਇਸ ਮੇਲ ਤੋਂ ਬਣੀ ਦਵਾਈ ਨੂੰ ਪੇਟ ਦਰਦ ਦੇ ਇਲਾਜ ਦੇ ਲਈ ਵਰਤਿਆ ਜਾਂਦਾ ਹੈ ਜੀਟੀਏਬੀ ਦੇ ਅਨੁਸਾਰ ਇਹਨਾਂ ਦਵਾਈਆਂ ਦੇ ਦਾਅਵੇ ਸਹੀ ਨਹੀਂ ਪਾਏ ਗਏ ਤੇ ਇਹ ਕਿਹਾ ਗਿਆ ਹੈ ਕਿ ਇਸ ਦੇ ਨਾਲ ਮਰੀਜ਼ਾਂ ਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ ਇਸੇ ਲਈ ਲੋਕ ਹਿੱਤ ਦੇ ਵਿੱਚ ਇਹਨਾਂ ਦਵਾਈਆਂ ਦੇ ਉਤਪਾਦਨ ਵਿਕਰੀ ਅਤੇ ਵੰਡ ਤੇ ਪਾਬੰਦੀ ਲਗਾਈ ਗਈ ਹੈ ਇਹ ਪਾਬੰਦੀ ਡਰੱਗਜ਼ ਐਂਡ ਕੋਸਮੈਟਿਕ ਐਕਟ 1940 ਦੀ ਧਾਰਾ 26ਏ ਦੇ ਤਹਿਤ ਲਗਾਈ ਗਈ ਹੈ ਫਾਰਮਾਸਿਊਟੀਕਲ ਉਦਯੋਗ ਤੋਂ ਇਸ ਕਦਮ ਤੇ ਅਧਿਕਾਰਤ ਟਿੱਪਣੀ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਕੰਪਨੀਆਂ ਅਜੇ ਵੀ ਪਾਬੰਦੀ ਦੀ ਜਾਂਚ ਕਰ ਰਹੀਆਂ ਨੇ ਉਦਯੋਗ ਦੇ ਮੁਖੀਆਂ ਨੇ ਦੱਸਿਆ ਕਿ ਸੂਚੀ ਦੇ ਵਿੱਚ ਐਫ ਡੀ ਸੀ ਸ਼ਾਮਿਲ ਨੇ ਜੋ ਕਿ 1988 ਤੋਂ ਪਹਿਲਾਂ ਲਾਇਸੈਂਸशुदा ਸੀ ਤੇ ਇਸ ਵਿਚਾਰ ਦੇ ਲਈ ਸੂਚੀ ਤੋਂ ਬਾਹਰ ਰਹੇਗੇ ਸੀ ਨਾਲ ਹੀ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਪ੍ਰਗਿਰਿਆ ਪਾਰਦਰਸ਼ੀ ਟੰਗ ਨਾਲ ਨਾ ਹੋਣ ਕਾਰਨ ਕਈ ਮੁਕੱਦਮੇ ਖੜੇ ਹੋਣ ਦੀ ਸੰਭਾਵਨਾ ਹੈ ਸਰਕਾਰ ਦੇ ਵੱਲੋਂ ਜਾਰੀ ਗਜ਼ਰ ਨੋਟੀਫਿਕੇਸ਼ਨ ਦੇ ਮੁਤਾਬਕ ਇਹਨਾਂ 156 ਫਿਕਸਡ ਡੋਸ ਕੰਬੀਨੇਸ਼ਨ ਦਵਾਈਆਂ ਦੀ ਵਰਤੋਂ ਦੇ ਨਾਲ ਮਨੁੱਖਾਂ ਲਈ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ ਯਾਨੀ ਕਿ ਅਗਰ ਇਹ ਦਵਾਈਆਂ ਕੋਈ ਲਹਿ ਰਿਹਾ ਹੈ ਤਾਂ ਉਸ ਦੀ ਸਿਹਤ ਤੇ ਇਸ ਦਾ ਕੋਈ ਨਾ ਕੋਈ ਬੁਰਾ ਅਸਰ ਪੈ ਸਕਦਾ ਹੈ ਤਮਾਹਿਰਾ ਦੇ ਮੁਤਾਬਕ ਵੈਸੇ ਤਾਂ ਇਹਨਾਂ ਦਵਾਈਆਂ ਦੇ ਸੁਰੱਖਿਅਤ ਵਿਕਲਪ ਨੇ ਤਾਂ ਮਾਮਲੇ ਦੀ ਚੌਂਚ ਕੇਂਦਰ ਦੇ ਵੱਲੋਂ ਨਿਯੁਕਤ ਇੱਕ ਮਾਹਰ ਕਮੇਟੀ ਦੇ ਵੱਲੋਂ ਕੀਤੀ ਗਈ ਸੀ ਤੇ ਜਿਨ੍ਹਾਂ ਨੇ ਇਹਨਾਂ FDCs ਨੂੰ ਤਰਕਹੀਣ ਮੰਨਿਆ ਸੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਡਰੱਗਸ ਟੈਕਨੀਕਲ ਐਡਵਾਈਜ਼ਰੀ ਬੋਰਡ ਨੇ ਵੀ ਇਹਨਾਂ ਦਵਾਈਆਂ ਦੀ ਜਾਂਚ ਕੀਤੀ ਸੀ ਤੇ ਸਿਫਾਰਿਸ਼ ਕੀਤੀ ਸੀ ਕਿ ਇਹਨਾਂ FDCs ਚ ਸ਼ਾਮਲ ਦਵਾਈਆਂ ਦਾ ਮੈਡੀਕਲ ਵਿਗਿਆਪਨ ਦੇ ਮੁਤਾਬਕ ਕੋਈ ਮਤਲਬ ਨਹੀਂ ਹੈ ਹਾਲਾਂਕਿ ਫਾਰਮਾਸਿਊਟੀਕਲ ਅਜੋਗ ਅਜੇ ਵੀ ਇਸ ਪਾਬੰਦੀ ਦੇ ਪ੍ਰਭਾਵ ਤੇ ਵਿਚਾਰ ਕਰ ਰਿਹਾ ਹੈ ਤਾਂ ਜੇਕਰ 2023 ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ 14 ਫਿਕਸਡ ਡੋਸ ਕੰਬੀਨੇਸ਼ਨ ਦਵਾਈਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਸਰਕਾਰ ਨੇ ਉਸ ਸਮੇਂ ਜਿਹੜੀਆਂ ਦਵਾਈਆਂ ਤੇ ਬੈਨ ਲਗਾਇਆ ਗਿਆ ਸੀ ਉਸ ਦੇ ਵਿੱਚ ਪੈਰਾਸੀਟਾਮੋਲ ਟੈਬਲੇਟ ਨਿਮੋਸਲਾਈਡ ਸਣੇ ਕੁਲ ਦਵਾਈਆਂ 14 ਹੋਰ ਦਵਾਈਆਂ ਸ਼ਾਮਿਲ ਸਨ ਤਾਂ ਹੈਲਥ ਮੰਤਰੀ ਨੇ ਕਿਹਾ ਸੀ ਕਿ ਇਹਨਾਂ ਸਾਰੀਆਂ ਦਵਾਈਆਂ ਦਾ ਕਾਰਨ ਹੋਣ ਵਾਲੇ ਨੁਕਸਾਨ ਦਾ ਪਤਾ ਨਹੀਂ ਲੱਗ ਪੌਂਦਾ ਤੇ ਲੋਕਾਂ ਲਈ ਇਹ ਸਭ ਤੋਂ ਵਾਤਾ ਰਿਸਕ ਪੈਦਾ ਕਰ ਸਕਦੀਆਂ ਸੀ ਜਾਨੀ ਕਿ ਜੇਕਰ ਇਸ ਦਾ ਕੋਈ ਨੁਕਸਾਨ ਵੀ ਹੁੰਦਾ ਸੀ ਤਾਂ ਉਸ ਦਾ ਪਤਾ ਹੌਲੀ-ਹੌਲੀ ਲੱਗਦਾ ਸੀ ਤਾਂ ਉਸ ਤੋਂ ਬਾਅਦ ਸਿਹਤ ਮੰਤਰੀ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਹੜੀਆਂ ਦਵਾਈਆਂ ਨੂੰ ਬੈਨ ਲਗਾਇਆ ਗਿਆ ਸੀ ਉਹਨਾਂ ਨੂੰ ਲੈ ਕੇ ਤੇ ਇਹਨਾਂ ਦੇ ਵਿੱਚ ਸਧਾਰਨ ਇਨਫੈਕਸ਼ਨ ਖਾਂਸੀ ਤੇ ਬੁਖਾਰ ਦੇ ਇਲਾਜ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਿਲ ਸਨ ਤਾਂ ਕੇਂਦਰ ਨੇ ਕਦਮ ਮਾਹਿਰ ਕਮੇਟੀਆਂ ਦੀਆਂ ਸਿਫਾਰਸ਼ਾਂ ਦੇ ਬਾਅਦ ਚੁੱਕਿਆ ਸੀ ਜਾਨੀ ਕਿ ਪਿਛਲੇ ਸਾਲ ਤੋਂ ਬਾਅਦ ਹੁਣ ਫਿਰ ਤੋਂ ਪਿਛਲੇ ਸਾਲ 14 ਦਵਾਈਆਂ ਤੇ ਬੈਨ ਲਗਾਇਆ ਗਿਆ ਸੀ ਤੇ ਜੇਕਰ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ 156 ਦਵਾਈਆਂ ਤੇ ਬੈਨ ਲਗਾ ਦਿੱਤਾ ਗਿਆ ਹੈ ਬਹੁਤ ਸਾਰੀਆਂ ਦਵਾਈਆਂ ਜੋ ਆਮ ਲੋਕ ਲੈਂਦੇ ਹੋਣਗੇ ਉਹਨਾਂ ਨੂੰ ਚਿੰਤਾ ਹੋਣਾ ਜ਼ਾਹਿਰ ਹੈ ਇਸ ਨੂੰ ਲੈ ਕੇ ਪਰ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਵੇਗਾ